ਗੱਲ ਕਰੀਏ ਤੇ ਤੁਸੀਂ ਇਹ ਦੱਸੋ ਕਿ ਇਜਾਜ਼ ਦੇ ਨਾਲ ਤੁਹਾਡਾ ਜਿਹੜਾ ਇਖਤਲਾਫ ਪੈ ਰਿਹਾ ਉਹ ਮਤਲਬ ਉਹ ਤੁਹਾਡੀ ਨਜ਼ਰ ਦੇ ਵਿੱਚ ਕੀ ਹੈ? ਤੁਸੀਂ ਕੀ ਉਹਨਾਂ ਦਾ ਸਾਰੇ ਦੋਸਤਾਂ ਨੇ ਲਾਈਵ ਭਾਈ ਇਜਾਜ਼ ਦੀਆਂ ਗੱਲਾਂ ਵੀ ਸੁਣੀਆਂ ਨੇ ਔਰ ਉਹਨਾਂ ਦੀਆਂ ਪੋਸਟਾਂ ਲੱਗੀਆਂ ਵੀ ਦੇਖੀਆਂ ਨੇ? ਠੀਕ, ਮੇਰੇ ਖਿਆਲ ਦੇ ਨਾਲ ਤੇ ਤੁਹਾਨੂੰ ਜਿਹੜਾ ਮੌਕਾ ਮਿਲਿਆ ਲਾਈਵ ਆ ਕੇ ਅਬੂ ਮੁਹੰਮਦ ਨੂੰ ਔਰ ਅਲੀ ਭੱਟ ਨੂੰ ਸਾਹਮਣੇ ਆਪਣੇ ਬੈਠ ਕੇ ਉਹਨਾਂ ਦੇ ਮੁਤਲਕ ਦੱਸਣ ਦਾ ਜਾਂ ਜਿਹੜੀ ਵੀ ਕੋਈ ਗਲਤ ਫਹਿਮੀ ਹੋਈ ਉਹ ਤੁਹਾਡੀ ਨਜ਼ਰ ਦੇ ਵਿੱਚ ਕਿੱਥੇ ਗਲਤੀ ਹੈ, ਕੀ ਗਲਤੀ ਹੈ ਉਹ ਤੁਸੀਂ ਆਪਣੀ ਆਪਣੇ ਤੌਰ ਤੇ ਜ਼ਰਾ ਦੱਸੋ ਕੀ ਹੈ? ਤੁਸੀਂ ਅੱਗੇ ਮੇਰੇ ਨਾਲ ਸਵਾਲ ਕੀਤਾ ਵੇ ਕਿ ਇਜਾਜ਼ ਭਾਈ ਨੇ ਕਿਹਾ ਵੇ ਕਿ ਮੇਰੇ ਕੋਲ ਪੈਸੇ ਲੈ ਲੈ, ਉਹ ਕਹਿੰਦਾ ਵੇ ਜੀ ਮੈਂ ਜਿਹੜੀ ਗੱਲ ਸੱਚ ਦੀ ਹੈ ਨਾ ਹੱਕ ਦੀ ਇਹ ਗੱਲ ਮੈਂ ਇਜਾਜ਼ ਭਾਈ ਨਾਲ ਵੀ ਕੀਤੀ ਸੀ ਤੇ ਮੈਂ ਜਿਹੜੀ ਗੱਲ ਕਰਾਂਗਾ ਨਾ ਉਹਦਾ ਮੇਰੇ ਕੋਲ ਪ੍ਰੂਫ ਵੀ ਹੈ ਤੇ ਉਹ ਅੱਜ ਨਹੀਂ 10 ਸਾਲ ਬਾਅਦ ਵੀ ਉਹ ਗਲਤ ਸਾਬਤ ਹੋਵੇ ਮੈਂ 1 ਰੁਪਏ ਨਾਲ 1 ਲੱਖ ਦੇਵਾਂਗਾ ਜੋ ਡੰਡ ਹੋਵੇ ਯਾਨੀ ਕਿ ਮੁਰਾਦ ਹੈ ਕਿ ਜੋ ਡੰਡ ਬਣ ਪਰਿਆਂ ਦੇ ਵਿੱਚ ਬੈਠੇ ਬੰਦੇ ਪਾਣਗੇ ਉਹ ਮੈਂ ਦੇ ਕੇ ਉਠਾਂਗਾ। ਠੀਕ ਹੈ, ਮੈਂ ਇਜਾਜ਼ ਭਾਈ ਨਾ ਪਹਿਲੇ ਨੰਬਰ ਤੇ ਕਿ ਉਹਨਾਂ ਨੇ ਵੀਡੀਓ ਦੇ ਵਿੱਚ ਕਿਹਾ ਵੇ ਕਿ ਮੈਨੂੰ ਇਸ ਚੀਜ਼ ਦਾ ਇਲਮ ਨਹੀਂ ਕਿ ਉਹ ਆ ਰਿਹਾ ਵੇ। ਠੀਕ ਹੈ, ਦੇਖੋ ਮੈਂ ਇਜਾਜ਼ ਭਾਈ ਨੂੰ ਪਲ ਪਲ ਦੀ ਖਬਰ ਦਿੱਤੀ ਹੈ ਕਿ ਉਹ ਆ ਰਿਹਾ, ਉਹਦੀ ਟਿਕਟ ਮੈਂ ਟਿਕਟ ਤੱਕ ਮੈਂ ਸੈਂਡ ਕੀਤੀ ਹੈ ਇਜਾਜ਼ ਭਾਈ। ਦੇਖੋ ਮੇਰਾ ਕੰਮ ਹੈ ਬੰਦਿਆਂ ਦੇ ਨਾਲ ਲੈਣਾ, ਉਹਨਾਂ ਕੋਲ ਪ੍ਰੀਪਿਜਨ ਲੈਣੇ, ਮੇਰਾ ਇੱਕ ਕਾਰੋਬਾਰ ਹੈ ਕਾਰੋਬਾਰ ਹੈ ਤੁਹਾਡਾ ਤੇ ਮੈਂ ਹਰ ਬੰਦੇ ਦੇ ਨਾਲ ਬਣਾ ਕੇ ਅੱਛੇ ਤਰੀਕੇ ਨਾਲ ਚੱਲਣਾ ਚਾਹੀਦਾ ਬਿਲਕੁਲ ਸਹੀ, ਜਿਹਦੇ ਵਿੱਚ ਇਜਾਜ਼ ਭਾਈ ਵੀ ਸ਼ਾਮਲ ਨੇ ਬਿਲਕੁਲ ਸਹੀ। ਮੇਰੇ ਨਾਲ ਅਗਰ ਉਹਨਾਂ ਦਾ ਕੋਈ ਇਖਤਲਾਫ ਹੈ ਤੇ ਉਹ ਮੇਰੇ ਨਾਲ ਗੱਲ ਕਰ ਸਕਦੇ ਨੇ ਕਰ ਸਕਦੇ, ਲੇਕਿਨ ਮੈਨੂੰ ਇੰਤਹਾਈ ਅਫਸੋਸ ਹੋਇਆ ਜਿਹੜੀ ਉਹਨਾਂ ਨੇ ਮੇਰੀ ਗੱਲ, ਮੈਂ ਉਹਨਾਂ ਨੂੰ ਟੈਲੀਫੋਨ ਤੇ ਹਾਲਾਂਕਿ ਮੈਂ ਉਹਨਾਂ ਦੀ ਹੈਲਪ ਕਰਨ ਦੀ ਕੋਸ਼ਿਸ਼ ਕੀਤੀ ਹੈ ਲੇਕਿਨ ਉਹਨਾਂ ਨੇ ਤੋੜ ਮੋੜ ਕੇ ਜਿਹੜਾ ਬਿਆਨ ਕੀਤਾ ਨਾ, ਮੈਨੂੰ ਬੜਾ ਇੰਤਹਾਈ ਅਫਸੋਸ ਹੋਇਆ ਇਸ ਚੀਜ਼ ਦਾ ਕਿ ਉਹਨਾਂ ਨੇ ਉਹਨਾਂ ਨੇ ਮੀਡੀਆ ਨੇ ਜਾਂ ਬੰਦਿਆਂ ਨੇ ਦੱਸਣ ਦੀ ਇਹ ਕੋਸ਼ਿਸ਼ ਕੀਤੀ ਹੈ ਕਿ ਅਬੂ ਮੁਹੰਮਦ ਮੈਨੂੰ ਕਾਲ ਕੀਤੀ ਹੈ ਤੇ ਮੈਨੂੰ 1 ਲੱਖ ਰੁਪਇਆ ਦਿੰਦਾ ਕਿ ਤੂੰ ਮੇਰੇ ਖਿਲਾਫ ਗੱਲ ਕਰ। ਸਹੀ, ਲੇਕਿਨ ਮੇਰੇ ਕੋਲ ਉਸ ਕਾਲ ਦੀ ਰਿਕਾਰਡਿੰਗ ਹੈ ਜਿਹਦੇ ਵਿੱਚ ਮੈਂ ਇਜਾਜ਼ ਭਾਈ ਨੇ ਕਿਹਾ ਵੇ ਕਿ ਇਜਾਜ਼ ਭਾਈ ਮੈਂ ਗੱਲ ਕਰਨੀ ਹੈ ਹੱਕ ਤੇ ਸੱਚ ਦੀ, ਇਸ ਡੀਲ ਦੇ ਵਿੱਚ ਮੇਰਾ ਕੋਈ ਤਾਲੁਕ ਨਹੀਂ, ਤੁਸੀਂ ਇਹ ਡੀਲ ਕੀਤੀ ਹੈ ਡਾਇਰੈਕਟ। ਹੁਣ ਅਬੂ ਮੁਹੰਮਦ ਮੈਨੂੰ ਫੋਨ ਤੇ ਸਾਰਾ ਕੁਝ ਗਾਈਡ ਕਰ ਰਿਹਾ, ਦੱਸ ਰਿਹਾ ਵੇ, ਤੁਸੀਂ ਵੀ ਫੋਨ ਤੇ ਦੱਸ ਰਹੇ ਹੋ, ਮੈਂ ਇਹਦਾ ਕੋਈ ਫੈਸਲਾ ਨਹੀਂ ਕਰ ਸਕਦਾ। ਅਬੂ ਮੁਹੰਮਦ ਮੈਨੂੰ ਕਹਿੰਦਾ ਵੇ ਕਿ ਤੂੰ ਮੇਰੇ ਕੋਲੋਂ ਪੈਸੇ ਲੈ ਕੇ ਮੀਡੀਆ ਬੁਲਾ। ਉਹ ਮੈਨੂੰ ਪੈਸੇ ਦਿੰਦਾ ਸੀ, ਮੀਡੀਆ ਐਵੇਂ ਨਹੀਂ ਆ ਜਾਂਦਾ, ਹਰ ਬੰਦੇ ਨੂੰ ਪਤਾ ਵੇ, ਸਾਰੇ ਸਮਝਦਾਰ ਨੇ। ਉਹ ਮੈਨੂੰ ਇਸ ਚੀਜ਼ ਦੇ ਪੈਸੇ ਕਹਿੰਦਾ ਸੀ ਕਿ ਮੀਡੀਆ ਨੇ ਇਹ ਚੀਜ਼ ਮੈਂ ਉਹਨਾਂ ਨੂੰ ਦੱਸੀ ਏ ਕਿ ਇਜਾਜ਼ ਭਾਈ ਮੈਨੂੰ ਪੈਸੇ ਦਿੰਦਾ ਵੇ, ਤੂੰ ਮੀਡੀਆ ਨੂੰ ਬੁਲਾ, ਜਿਹਦੇ ਵਿੱਚ ਮੈਂ ਇੱਕ ਬੰਦੇ ਦਾ ਨਾਮ ਵੀ ਲੈ ਲਾ ਲਾਫਦਿਲ ਮਾਜਦ ਦਾ ਜੀ। ਠੀਕ ਹੈ, ਤੇ ਮੈਂ ਕਿ ਇਹ ਮੈਨੂੰ ਕਹਿੰਦਾ ਤੇ ਨੰਬਰ ਮੈਂ ਦੇਣਾ ਵਾ ਤੁਹਾਡਾ, ਨੰਬਰ ਤੇ ਵੈਸੇ ਹੀ ਫੇਸਬੁੱਕ ਦੀ ਉਹ ਪੋਸਟ ਲੱਗੇ ਆ ਜੀ ਜੀ। ਉਹ ਮੈਂ ਉਹਨਾਂ ਨੂੰ ਕਿਹਾ ਕਿ ਉਹ ਮੈਨੂੰ ਪੈਸੇ ਦਿੰਦਾ, ਕਹਿੰਦਾ ਤੂੰ ਮੈਂ ਤੈਨੂੰ ਸਾਰੀਆਂ ਗੱਲਾਂ ਦੱਸਣਾ ਵਾ, ਤੂੰ ਮੀਡੀਆ ਬੁਲਾ, ਲਾਈਵ ਆ ਕੇ ਤੇ ਗੱਲ ਕਰ। ਉਹਦੇ ਵਿੱਚ ਵੀ ਮੈਂ ਹਾਮੀ ਨਹੀਂ ਭਰੀ, ਮੈਂ ਕਿਹਾ ਮੈਂ ਤੇਰੀ ਇਸ ਗੱਲ ਦੇ ਨਾਲ ਨਹੀਂ। ਠੀਕ ਹੈ, ਜਿੰਨੀ ਦੇਰ ਤੱਕ ਤੁਸੀਂ ਆਹਮਣੇ ਸਾਹਮਣੇ ਨਹੀਂ ਬਹੋਗੇ ਮੇਰਾ ਕੰਮ ਹੈ ਟ੍ਰਾਂਸਲੇਸ਼ਨ। ਅੱਛਾ ਸਰ, ਮੈਂ ਇੱਕ ਗੱਲ ਹੋਰ ਵਧਾ ਦਿੰਦਾ, ਪੋਸਟ ਦੇ ਵਿੱਚ ਪੈਸਿਆਂ ਦਾ ਜ਼ਿਕਰ ਹੈ ਜੀ, ਜਦ ਕਿ ਪਿਛੇ ਪੋਸਟ ਜਿਹੜਾ ਨਾ ਮਤਲਬ ਪਰਦੇ ਦੇ ਦੂਜੇ ਪਾਸੇ ਦੇਖਦੇ ਨਾ ਜਦੋਂ ਅਸੀਂ, ਤਾਂ ਉੱਥੇ ਕੋਈ 2 ਵੀਜ਼ਿਆਂ ਦਾ ਜ਼ਿਕਰ ਹੈ। ਇਹ ਵੀਜ਼ਿਆਂ ਦਾ ਤੇ ਪੈਸਿਆਂ ਦਾ ਕੀ ਕੰਪੈਰੀਜ਼ਨ ਹੈ, ਮਤਲਬ ਗੱਲ ਖੋਲ ਦਿਓ ਜਿਹੜੀ ਵੀ ਹੈ। ਦੇਖੋ ਮੈਂ ਗੱਲ ਖੋਲਾਂਗਾ ਇਹਦੇ ਨਾਲ, ਮੈਂ ਆਇਆ, ਮੈਂ ਸਾਰੀ ਇਹਦੇ ਕੋਈ ਗੱਲ ਪੁੱਛ ਲਈ, ਅਗਰ ਇਜਾਜ਼ ਭਾਈ ਵੀ ਹੁੰਦੇ ਉਹਨਾਂ ਕੋਲ ਵੀ ਪੁੱਛ ਕੇ, ਤੇ ਮੈਂ ਪਰਿਆਂ ਦੇ ਵਿੱਚ ਜਦੋਂ ਇਕੱਠੇ ਹੋਈਦਾ ਫਿਰ ਦੋਵਾਂ ਦਾ ਮੌਕਫ ਸੁਣੀਦਾ ਨਾ। ਹੁਣ ਮੈਂ ਇਹਦਾ ਮੌਕਫ ਸੁਣਿਆ ਵੇ, ਇਹਦੇ ਕੋਲ ਪ੍ਰੂਫ ਹੀ ਨੇ, ਗੱਲਾਂ ਵੀ ਜਿਹੜੀਆਂ ਕਰਦਾ ਵੇ ਉਹ ਪ੍ਰੂਫ ਨਾਲ ਕਰਦਾ ਵੇ। ਸਹੀ, ਠੀਕ, ਹੁਣ ਇਜਾਜ਼ ਭਾਈ ਕੋਲ ਨਹੀਂ ਹੈ ਜੀ। ਠੀਕ, ਠੀਕ ਹੈ, ਅਗਰ ਉਹ ਮੇਰੇ ਕੋਲ ਹੋਣ ਇੱਥੇ ਬਹਣ ਤੇ ਮੇਰਾ ਕੰਮ ਹੈ ਇਹਨਾਂ ਦੋਵਾਂ ਦੀ ਗੱਲ ਦੱਸਣਾ। ਠੀਕ ਹੈ, ਮੇਨ ਚੀਜ਼ ਇਹ ਕਿ ਇਹਨਾਂ ਨੇ ਪੈਸਿਆਂ ਦਾ ਜਿਹੜਾ ਜ਼ਿਕਰ ਕੀਤਾ ਹੈ ਵਿੱਚ, ਉਹ ਇਜਾਜ਼ ਭਾਈ ਨੇ ਜਦੋਂ ਡਾਇਰੈਕਟ ਡੀਲ ਕੀਤੀ ਹੈ ਨਾ, ਉਹਨਾਂ ਨੇ ਕਿਹਾ ਸੀ ਮੈਂ ਤੈਨੂੰ ਪਹੁੰਚ ਦਿਆਂਗਾ, ਜਦੋਂ ਤੇਰੇ ਕੋਲ ਕਬੂਤਰ ਪਹੁੰਚ ਜਾਣ ਉਦੋਂ ਤੂੰ ਮੇਰੇ ਪੈਸੇ ਸੈਂਡ ਕਰੀ। ਠੀਕ ਹੈ, ਲੇਕਿਨ ਇਹ ਕਹਿੰਦਾ ਵੇ ਕਿ ਮੈਂ ਜਿਹੜੇ ਕਬੂਤਰ ਕਹਿੰਦਾ ਸਾਂ ਉਹ ਨਹੀਂ ਮਿਲੇ ਮੈਨੂੰ। ਬਿਲਕੁਲ ਸਹੀ, ਜਦੋਂ ਇੱਕ ਚੀਜ਼ ਸਿਲੈਕਟ ਬੰਦਾ ਕਰਦਾ ਵੇ ਉਹ ਤੁਸੀਂ ਹੁਣ ਦੇਣੀ ਨਹੀਂ ਤੇ ਉਹਦਾ ਹੱਕ ਵੀ ਨਹੀਂ ਤੁਸੀਂ ਮੰਗ ਸਕਦੇ। ਇਹ ਕਹਿੰਦਾ ਮੈਂ ਤਾਂ ਹੀ ਕਬੂਤਰ ਸਾਰੇ ਵਾਪਸ ਕਰਤੇ, ਮੈਂ ਡੀਲ ਕੈਂਸਲ ਕਰ ਦਿੱਤੀ ਹੈ। ਠੀਕ ਹੈ, ਜੇ ਮੈਂ ਕਬੂਤਰ ਲੈਂਦਾ ਤੇ ਮੈਂ ਪੈਸੇ ਦੇਣੇ ਸਨ, ਉਹ ਕਹਿੰਦਾ ਮੇਰੇ ਕੋਲ ਨਾ ਉਹਦੇ ਕਬੂਤਰ ਨੇ ਜੀ, ਨਾ ਮੈਂ ਉਹਨਾਂ ਦੇ ਪੈਸੇ ਦੇ ਸਕਣਾ। ਬਿਲਕੁਲ ਸਹੀ, ਕੁਝ ਕਬੂਤਰ ਮਰ ਗਏ, ਕੁਝ ਕਬੂਤਰ ਵਾਪਸ ਹੋ ਗਏ। ਦੇਖੋ ਜੀ, ਇਜਾਜ਼ ਭਾਈ ਨੇ ਕੱਲ ਇੱਕ ਪੋਸਟ ਦੇ ਵਿੱਚ ਇਹ ਵੀ ਜ਼ਿਕਰ ਕੀਤਾ ਵੇ ਕਿ ਇੱਕ ਕਬੂਤਰ ਦੀ ਤਸਵੀਰ ਉਹ ਕਿਉਂ ਨਹੀਂ ਲਾਂਦੇ, ਇੱਕ ਦੀ ਲਾਂਦੇ ਨੇ, ਉਹ ਵੀ ਉਹਨਾਂ ਦਾ ਨਹੀਂ। ਉਹਨਾਂ ਨੇ ਕੱਲ ਮੈਨੂੰ ਕਿਹਾ ਕਿ ਮੈਂ ਇਸ ਚੀਜ਼ ਦਾ ਨਿਆਂ ਦਿਆ, ਮੈਂ ਛੋਟੀਆਂ ਮੋਟੀਆਂ ਗੱਲਾਂ ਵਾਸਤੇ ਐਡੀ ਜਲਦੀ ਨਿਆਂ ਨਾ ਕੋਈ ਦਿੰਦਾ ਵੇ, ਨਿਆਂ ਨਾ ਕਿਸੇ ਕੋਲ ਮੰਗ ਲਈਦਾ। ਬੰਦੇ ਦੇ ਵਿੱਚ ਐਸਾ ਇੰਝ ਦੀ ਗੱਲ ਹੋਣੀ ਚਾਹੀਦੀ, ਕੌਨਫੀਡੈਂਸ ਹੋਣਾ ਚਾਹੀਦਾ, ਕੋਈ ਯਕੀਨ ਇਤਮਾਦ ਹੋਣਾ ਚਾਹੀਦਾ। ਮੈਂ ਇਸ ਯਕੀਨ ਦੇ ਨਾਲ ਦਾਅਵੇ ਦੇ ਨਾਲ ਉਸ ਬੰਦੇ ਨੂੰ ਮੈਂ ਪ੍ਰੂਫ ਕਰ ਸਕਣਾ ਜੇ ਅਗਰ ਕਹਿੰਦਾ ਕਿ ਮੇਰਾ ਉਹ ਕਬੂਤਰ ਨਹੀਂ। ਤੇ ਦੂਜਾ ਕਬੂਤਰ ਉਹ ਕਹਿੰਦਾ ਪੋਸਟ, ਮੈਂ ਪੁੱਛਿਆ ਤੂੰ ਦੂਜੇ ਕਬੂਤਰ ਦੀ ਪੋਸਟ ਕਿਉਂ ਨਹੀਂ ਲਾਉਂਦਾ, ਉਹ ਕਹਿੰਦਾ ਮੈਂ ਦੂਜੇ ਕਬੂਤਰ ਦੀ ਪੋਸਟ ਕਿਵੇਂ ਲਾਵਾਂ, ਮੈਨੂੰ ਇਸ ਚੀਜ਼ ਦਾ ਪਤਾ ਹੀ ਨਹੀਂ ਸੀ ਕਿ ਮੌਜੂ ਏਡਾ ਲੰਮਾ ਹੋ ਜਾਏਗਾ, ਗੱਲ ਇੰਨੀ ਲੰਮੀ ਹੋ ਜਾਂਦੀ। ਉਹ ਕਹਿੰਦਾ ਮੈਨੂੰ 8 ਤਾਰੀਖ ਮੈਸੇਜ ਆਇਆ, ਆਲ ਪਿਜਨ ਕਿਹੜਾ ਮੈਸੇਜ ਜਰਾ ਦੋਸਤਾਂ ਨੂੰ ਦਿਖਾ ਰਿਹਾ। ਕਹਿੰਦਾ 8 ਤਾਰੀਖ ਮੈਨੂੰ ਮੈਸੇਜ ਆਇਆ ਆਲ ਪਿਜਨ ਗਿਫਟ।
ਕਹਿੰਦਾ ਮੇਰੇ ਕੋਲ ਕਬੂਤਰ ਪਹੁੰਚਿਆ, ਕਬੂਤਰ ਬਿਮਾਰ ਸਨ ਦੋ, ਇੱਕ 12 ਨੰਬਰ ਤੇ ਇੱਕ ਮੱਗਰ, ਉਹਦੇ ਵਿੱਚੋਂ ਇੱਕ ਮੱਗਰ ਮਰ ਗਿਆ, ਮੈਂ ਚੁੱਕ ਕੇ ਬਾਹਰ ਸੱਟ ਛੜਿਆ। ਉਹ ਕਹਿੰਦਾ ਮੈਨੂੰ ਪਤਾ ਹੁੰਦਾ ਕਿ ਮੈਂ ਉਹਦਾ ਪ੍ਰੂਫ ਦੇਣਾ ਤੇ ਮੈਂ ਸ਼ਾਇਦ ਉਹਦੀ ਵੀ ਤਸਵੀਰ ਖਿੱਚ ਲੈਂਦਾ। ਅੱਛਾ ਇਜਾਜ਼ ਭਾਈ ਨੇ ਇੱਕ ਗੱਲ ਤੇ ਬੜਾ ਪੁਆਇੰਟ ਉਹਨਾਂ ਨੇ ਜਿਹੜਾ ਨਾ ਹਾਈਲਾਈਟ ਕੀਤਾ ਕਿ ਮੇਰਾ ਜਿਹੜਾ ਮਾਮਲਾ ਉਹ ਇਮਤਿਆਜ਼ ਚੇਅਰਮੈਨ ਸਾਹਿਬ ਨਾਲ ਡਿਸਕਸ ਕਰ ਲਓ। ਇਸ ਗੱਲ ਦੇ ਬਾਰੇ ਤੁਹਾਡਾ ਕੀ ਖਿਆਲ? ਦੇਖੋ ਇੱਕ ਬੰਦਾ ਉਹ ਆ ਗਿਆ ਕੁਵੈਤ ਤੋਂ, ਨਹੀਂ ਮੈਂ ਕੋਈ ਵੀ ਗੱਲ ਮੈਂ ਗੱਲ ਕੀ ਕਰਨੀ ਹੈ, ਮੈਂ ਤੇ ਗੱਲ ਉਹ ਕਰਾਂ ਦਾ ਹੱਕ ਦੀ ਜਿਹੜੀ ਸਹੀ ਗੱਲ ਹੈ, ਉਹ ਕੁਵੈਤ ਤੋਂ ਆ ਗਿਆ ਵੇ, ਸਾਡੀ ਗੱਲ ਤੇ ਤੁਹਾਨੂੰ ਗੱਲ ਨਹੀਂ ਕਰਨੀ। ਨਹੀਂ ਗੱਲ ਕੋਈ ਇਸ਼ੂ ਹੈ ਉਹ ਫਿਰ ਅਸੀਂ ਗੱਲ ਨਹੀਂ ਕਰਦੇ, ਅਗਰ ਤੁਸੀਂ ਕੋਈ ਗੱਲ ਕਰਨੀ ਹੈ ਤੇ ਤੁਸੀਂ ਸਾਫ਼ ਕਰ ਸਕਦੇ। ਮੈਂ ਸਾਫ਼ ਇਹੀ ਕਰਾਂਗਾ ਕਿ ਸਾਡਾ ਮਾਮਲਾ ਇਜਾਜ਼ ਭਾਈ ਨਾਲ, ਇਜਾਜ਼ ਭਾਈ ਨੂੰ ਉਹਨਾਂ ਗੱਲਾਂ ਦਾ ਪਤਾ ਵੇ, ਉਹ ਤਿੰਨ ਪਤਾ ਵੇ, ਇੱਕ ਬੰਦੇ ਨਿਊਟਰਲ ਹੈ ਉਹਨਾਂ ਨੂੰ ਨਹੀਂ ਪਤਾ, ਉਹ ਰਿੰਗ ਲੀਡਰ ਨੇ ਉਹਨਾਂ ਦੇ ਠੀਕ ਹੈ, ਮੁਕਾਬਲੇ ਦੌਰਾਨ ਵੀ ਉਹਨਾਂ ਦਾ ਇਤਰਾਮ ਕਰਨਾ, ਲੇਕਿਨ ਉਹਨਾਂ ਨੂੰ ਗੱਲ ਦਾ ਨਹੀਂ ਪਤਾ ਸੀ ਉਹਨਾਂ ਕੋਲ ਕਿਸ ਤਰ੍ਹਾਂ ਜਾ ਕੇ, ਕਿਸ ਤਰ੍ਹਾਂ ਜਾ ਕੇ ਬਿਲਕੁਲ। ਯਾਨੀ ਕਿ ਤੁਹਾਡੇ ਕਹਿਣ ਤੋਂ ਮੁਰਾਦ ਨਾਲੇ ਸਾਡੇ ਵੱਲੋਂ ਕੋਈ ਉਹਦੇ ਮਤਲਬ ਕੋਈ ਨਹੀਂ ਹੈ ਕਿ ਸਾਡੇ ਉਸ ਕਬੂਤਰ ਨਹੀਂ ਦਿੱਤੇ ਜਾਂ ਪੈਸੇ ਨਹੀਂ ਦਿੱਤੇ, ਉਹਨਾਂ ਨੇ ਨਾ ਇਸ ਚੀਜ਼ ਦਾ ਮੁਤਾਲਬਾ ਤੇ ਉਹਨਾਂ ਨੇ ਕੀਤਾ ਹੈ ਨਾ ਕਿ ਪੈਸੇ, ਪਹਿਲੀ ਪੋਸਟ ਉਹਨਾਂ ਨੇ ਲਵਾਈਏ ਕਿ ਇਹਦੇ ਕੋਲ ਬਚ ਕੇ ਰਹੋ, ਇਹ ਪੈਸੇ ਨਹੀਂ ਦਿੰਦਾ ਕਬੂਤਰ ਲੈ ਲੈਂਦਾ ਉਧਾਰ, ਤੇ ਉਹ ਕਹਿੰਦਾ ਜੀ ਮੇਰਾ ਸਰੇਆਮ ਐਲਾਨ ਹੈ ਲਾਈਵ, ਪੂਰੀ ਦੁਨੀਆ ਵੇਖਦੀ ਹੈ ਭਈ ਮੈਂ ਤੀਜੀ ਵਾਰ ਮੈਨੂੰ ਪਾਕਿਸਤਾਨ ਆਉਂਦੇ ਆ, ਤੇ ਉਹ ਕਹਿੰਦਾ ਮੈਂ ਸਿਆਲਕੋਟ ਲਾਹੌਰ ਮੈਂ ਕਾਫੀ ਜਗ੍ਹਾ ਤੋਂ ਕਬੂਤਰ ਖਰੀਦੇ ਨੇ, ਕੋਈ ਇੱਕ ਬੰਦਾ ਆ ਜਾਵੇ ਜਿਹਦਾ ਮੈਂ 1 ਰੁਪਿਆ ਵੀ ਰੱਖਿਆ ਹੋਵੇ ਲਾਈਵ ਔਨ ਏਅਰ, ਕਹਿੰਦਾ ਪਿਆ ਕਹਿੰਦਾ 1 ਲੱਖ ਨਾਲ 1 ਰੁਪਏ ਨਾਲ 1 ਲੱਖ ਦੇਵਾਂਗਾ ਉਹਨੂੰ। ਸ਼ਾਹੀ ਕੋਈ ਬੰਦਾ ਇੱਕ ਜਿਦਾ ਚੇਅਰਮੈਨ ਸਾਹਿਬ ਦਾ ਉਹਨਾਂ ਨੇ ਨਾਮ ਲਿਆ, ਇੱਕ ਦਫਾ ਚੇਅਰਮੈਨ ਸਾਹਿਬ ਨਾਲ ਰਾਬਤਾ ਕਰਨ ਦੇ ਵਿੱਚ ਕੋਈ ਕੋਈ ਹਰਜ ਨਹੀਂ ਕਿ ਜੀ ਸਾਡੇ ਨਾਲ ਇਹ ਗੱਲ ਹੈ ਬਾਤ ਹੈ, ਉਹ ਅਗਰ ਸੁਣਨ ਕਰਨ ਨਾ ਉਹਦੇ ਵਿੱਚ ਤੁਹਾਡਾ ਪਲੱਸ ਪੁਆਇੰਟ ਹੈ, ਕਿਉਂਕਿ ਤੁਸੀਂ ਸੱਚੇ ਹੋ ਤੇ ਆਏ ਬੈਠੇ ਹੋ ਨਾ, ਤੇ ਕੋਈ ਮਸਲਾ ਨਹੀਂ। ਅਗਰ ਕੋਈ ਐਸੀ ਗੱਲ, ਮੇਰੀ ਗੱਲ ਸੁਣੋ, ਅਗਰ ਤੁਹਾਡੇ ਕੋਈ ਫਾਲਟ ਹੁੰਦਾ ਕੋਈ ਗਲਤੀ ਹੁੰਦੇ ਤੇ ਤੁਸੀਂ ਮਤਲਬ ਉਸ ਚੀਜ਼ ਨੂੰ ਇੱਥੇ ਤੱਕ ਲੈ ਕੇ ਨਹੀਂ ਸੀ ਆਣਾ, ਠੀਕ ਤੇ ਉਹ ਬਹਰਹਾਲ ਇਹ ਕਿ ਇਹ ਇਸ ਗੱਲ ਦੇ ਬਾਰੇ ਵੀ ਸੋਚਿਆ ਜਾ ਸਕਦਾ, ਲੇਕਿਨ ਭਾਈ ਨਜਾਜ਼ ਦੀ ਜਿਹੜੀ ਗੱਲ ਆ ਉਹਨਾਂ ਨੇ ਆਪਣਾ ਇਹੀ ਮੌਕਫ ਦਿੱਤਾ ਕਿ ਕੀ ਉਹਦਾ ਨਾਮ ਹੈ, ਮਤਲਬ ਸਾਨੂੰ ਇਹਨਾਂ ਦੀ ਤਰਫੋਂ ਕੋਈ ਚੀਜ਼ ਨਹੀਂ ਆਈ, ਠੀਕ ਹੈ। ਇਹਨਾਂ ਨੇ ਕੋਈ ਚੀਜ਼ ਲਈ ਵੀ ਤੇ ਨਹੀਂ ਆ, ਇਹਨਾਂ ਨੇ ਇਹਨਾਂ ਨੇ ਸਾਰੇ ਕਬੂਤਰ ਵਾਪਸ ਕਰਤੇ ਨੇ, ਵਾਪਸ ਕਰ, ਬਿਲਕੁਲ ਸਹੀ। ਦੱਸੋ ਮੈਨੂੰ ਗੱਲ ਕੀ ਜੀ ਕਿ ਮੈਨੂੰ ਪਤਾ ਨਹੀਂ ਆ ਰਿਹਾ ਜੀ ਕਿ ਜਦ ਕਿ ਵੈਲਕਮ ਟੂ ਪਾਕਿਸਤਾਨ ਪੋਸਟ ਲੱਗੀ, ਠੀਕ ਹੈ। ਅੱਛਾ ਹਨੀ ਭਾਈ, ਮੁਬਸ਼ਰ ਭਾਈ ਤੁਸੀਂ 1 ਮਿੰਟ ਇੱਧਰ ਆਓ ਮੇਰੇ ਕੋਲ ਜੀ, ਮਦਦ ਲੋ ਜੀ। ਇਹ ਮਾਸ਼ਾਅੱਲਾ ਮੇਰੇ ਨਾਲ ਬੈਠੇ ਨੇ ਪਾਕਿਸਤਾਨ ਦੇ ਪੰਜਾਬ ਦੀ ਕਬੂਤਰ ਪਰਵਰੀ ਦਾ ਇੱਕ ਬਹੁਤ ਬੜਾ ਨਾਮ ਹੈ ਲਾਹੌਰ ਦੇ ਵਿੱਚ, ਮਾਸ਼ਾਅੱਲਾ ਇਹਨਾਂ ਨੂੰ ਬੱਚਾ ਬੱਚਾ ਜਾਣਦਾ ਕਬੂਤਰ ਬਾਈ ਦੇ ਵੱਲ ਨਾਲ, ਤੇ ਆਪਣਾ ਬਸ਼ਰ ਬਾਈ ਤੁਹਾਡੇ ਖਿਆਲ ਦੇ ਮੁਤਾਬਕ ਕੀ ਮਤਲਬ ਸਾਰੀ ਡਿਸਕਸ ਹੋਈ ਹੈ, ਕੀ ਮਤਲਬ ਉਹਨਾਂ ਦੀ ਆ ਪੋਸਟ ਵੀ ਮੈਂ ਦੇਖੀ ਵੈਲਕਮ ਟੂ ਪਾਕਿਸਤਾਨ ਦੀ? ਮੈਂ ਜੈਨ ਬਾਈ ਤੁਹਾਡੇ ਨਾਲ ਗੱਲ ਕਰਾਂਗਾ, ਜਦੋਂ ਅਬੂ ਮੁਹੰਮਦ ਦੀ ਪੋਸਟ ਲੱਗੀ ਨਾ ਕਿ ਮੈਂ ਪਾਕਿਸਤਾਨ ਆ ਰਿਹਾ ਜੀ, ਠੀਕ ਹੈ, ਅੱਗੋਂ ਚੌਧਰੀ ਇਜਾਜ਼ ਨੇ ਕਿਹਾ ਜੀ ਵੈਲਕਮ ਟੂ ਪਾਕਿਸਤਾਨ, ਮੈਂ ਤੇਰਾ ਬੜੀ ਸ਼ਿੱਦਤ ਦੇ ਨਾਲ ਇੰਤਜ਼ਾਰ ਕਰ ਰਿਹਾ, ਤੂੰ ਇੱਥੇ ਆ, ਅੱਛਾ ਠੀਕ ਹੈ, ਮੈਂ ਤੇਰਾ ਇੰਤਜ਼ਾਰ ਕਰ ਰਿਹਾ। ਅਗਰ ਉਹ ਉਹ ਕਹਿ ਰਿਹਾ ਸੀ ਕੱਲ੍ਹ ਲਾਈਵ ਕਹਿ ਰਿਹਾ ਸੀ ਕਿ ਇਹਨੂੰ ਪਤਾ ਲੱਗ ਗਿਆ ਕਿ ਬਾਹਰ ਚਲਾ ਗਿਆ ਤੇ ਫਿਰ ਆਇਆ, ਮੈਨੂੰ ਨਹੀਂ ਪਤਾ, ਅੱਛਾ ਮੈਨੂੰ ਨਹੀਂ ਪਤਾ ਹੈਗਾ, ਅਲੀ ਭੱਟ ਨੇ ਉਹਨੂੰ ਕਿਹਾ ਕਿ ਉਹ ਆ ਰਿਹਾ ਉਹ ਆ ਰਿਹਾ, ਉਹ ਕਹਿੰਦਾ ਰਿਹਾ ਯਾਰ ਉਹਨੇ ਨਹੀਂ ਆਉਣਾ, ਮੈਨੂੰ ਪਤਾ ਉਹਨੇ ਨਹੀਂ ਆਉਣਾ, ਉਹ ਜਿਹੜੀ ਮੈਂ ਪੋਸਟ ਲਵਾਈ ਉਸ ਪੋਸਟ ਦਾ ਜਵਾਬ ਦੇ ਰਿਹਾ, ਮੈਂ ਵੀਡੀਓ ਦਾ ਜਵਾਬ ਦੇ ਰਿਹਾ ਕਿ ਮੈਂ ਆ ਰਿਹਾ ਵਾਂ, ਚੱਲ ਇਹਨੂੰ ਕਿ ਬਹਰਹਾਲ ਉਹਨੇ ਕੋਈ ਨਹੀਂ ਆਉਣਾ, ਠੀਕ ਹੈ ਠੀਕ ਹੈ। ਇਹਨਾਂ ਜਦੋਂ ਪੋਸਟ ਲਵਾਈ ਨਾ ਉਹਦਾ ਇਹ ਸਬੂਤ ਹੈ, ਅਗਰ ਉਹ ਇੱਥੇ ਪਾਕਿਸਤਾਨ ਨਹੀਂ ਸਨ ਹੈ, ਉਹ ਕਹਿ ਸਕਦੇ ਯਾਰ ਅਬੂ ਮੁਹੰਮਦ ਤੂੰ 6 ਮਹੀਨੇ ਬਾਅਦ ਆ ਜਾਂ ਸਾਲ ਬਾਅਦ ਆ, ਮੈਂ ਆਪਣੇ ਕੰਮ ਦੇ ਸਿਲਸਿਲੇ ਚਲਾ ਗਿਆ, ਆਪਾਂ ਫਿਰ ਬਹਿ ਕੇ ਗੱਲ ਕਰਾਂਗੇ, ਐਸੀ ਕੋਈ ਗੱਲ ਨਹੀਂ। ਇਹ ਪੋਸਟ ਪੜ੍ਹ ਲਓ, ਉਹਨੇ ਕਿਹਾ ਵੈਲਕਮ ਟੂ ਪਾਕਿਸਤਾਨ, ਜਨਾਬ ਅਬੂ ਮੁਹੰਮਦ ਆਫ ਕੁਵੈਤ ਕੀ ਪੋਸਟ ਦੇਖੀ ਹੈ ਕਿ ਵੋ ਪਾਕਿਸਤਾਨ ਆ ਕਰ ਮੁਝਸੇ ਬਾਤ ਕਰਨਾ ਚਾਹਤੇ, ਮੈਂ ਬਹੁਤ ਸ਼ਿੱਦਤ ਸੇ ਇੰਤਜ਼ਾਰ ਕਰੂੰਗਾ, ਜਨਾਬ ਅਬੂ ਮੁਹੰਮਦ ਸਾਹਿਬ ਆਪਕੋ ਪਾਕਿਸਤਾਨ ਮੇਂ ਵੈਲਕਮ ਕਹਤੇ ਹੈ, ਵੇਖ ਲਵੋ। ਬਿਲਕੁਲ ਠੀਕ, ਇਹ ਦੇਖੋ ਮਾਮਲਾ ਹੋ ਜਾਂਦੇ ਨੇ, ਮਾਮਲਾ ਤਾਂ ਵਿਗੜ ਵੀ ਜਾਂਦੇ ਨੇ, ਸਹੀ ਵੀ ਹੋ ਜਾਂਦੇ ਨੇ, ਲੇਕਿਨ ਗਲਤ ਬਿਆਨੀ ਉਹ ਇਨਸਾਨ ਨੂੰ ਨਹੀਂ ਕਰਨੀ ਚਾਹੀਦੀ ਜਿਹੜੀ ਗੱਲ ਹੋਈ ਹੈ। ਦੇਖੋ ਉਹ ਕੱਲ ਕਹਿ ਰਿਹਾ ਸੀ ਕਿ ਮੈਨੂੰ ਪਤਾ ਨਹੀਂ ਉਹ ਨਾਂ ਹੈ, ਹਾਂਜੀ ਠੀਕ ਹੈ, ਇਹ ਵੇਖੋ ਇਹ ਉਹਨਾਂ ਹੀ ਲਵਾਈ, ਬਿਲਕੁਲ ਉਹਨਾਂ ਦੀ ਲੱਗੀ, ਇਹ ਪ੍ਰੂਫ ਹੈਗਾ, ਬਿਲਕੁਲ ਸਹੀ, ਬਿਲਕੁਲ ਸਹੀ। ਅੱਗੋਂ ਬਾਕੀ ਜਿਹੜੀ ਵੀ ਗੱਲਬਾਤ ਹੈ ਤੁਹਾਡੇ ਸਾਹਮਣੇ ਤੁਸੀਂ ਉਹਨਾਂ ਨਾਲ ਕਰ ਰਹੇ ਹੋ, ਬਿਲਕੁਲ ਸਹੀ, ਬਿਲਕੁਲ ਸਹੀ। ਲਓ ਜੀ ਦੋਸਤੋ, ਇਹ ਇੱਕ ਖੁਲਾਸਾ ਸੀ ਸਾਰੀ ਗੁਫ਼ਤਗੂ ਦਾ, ਜਿਹੜਾ ਸਾਰੇ ਦੋਸਤਾਂ ਦੇ ਅੱਗੇ ਅਸੀਂ ਰੱਖਿਆ, ਅਬੂ ਮੁਹੰਮਦ ਵੀ ਇੱਥੇ ਹੈ ਔਰ ਬਸ਼ਰ ਭਾਈ ਦੀ ਵੀ ਜਿਹੜੀ ਖਿਦਮਤ ਸੀ ਉਹ ਵੀ ਲਈ। ਕੀ ਕਹਿੰਦੇ ਭਾਈ? ਬੋਲ ਰਿਹਾ ਕਿ ਮੈਂ ਅਰਬੀ ਮੇਂ ਕੁਛ ਅਗਰ
السلام عليكم ورحمة الله وبركاته. أنا جيت باكستان عشان موضوع حجاز، وتعذر حجاز قال أنا مو موجود، وقال لي امتياز جيرمن هو ينوب عني، وأنا ما أعرف امتياز جيرمن ولا أي شيء، هو يبيني يدق عليه، أنا ما راح أجي ولا أتصل عليه ولا شيء، خل حجاز يدق عليه وخليه يتصل عليه وأنا أجي حاضر، وأنا بباكستان لحد يوم الأحد بالليل حياهم الله. وحجاز حجاز يعني إنسان مو نظيف، إنسان يعني يأكل الفلوس الحلال عادي، لا يحرم ولا يحلل، وأنا الحمد لله باكستان، وهذا ثاني لايف أفتح معه حياه الله. هو امتياز جيرمن يتصل علي، ما ي... مو أنا أجي هو يجيني امتياز جيرمن. السلام عليكم ورحمة الله وبركاته. باقی زین بھائی ایک میں گل اور کہنا چاہوں گا، باقی کسی بھی میرے پاکستانی بھرا نو کوئی اندر تو گلا ہے کوئی شکوا ہے ٹھیک ہے، کوئی اندر نہ معاملہ ہے، وہ میرے نہ گل کرنا ہونے میرا شگرد زندہ باد ٹھیک ہے، جنہوں کو مسئلہ مسائل اگر ایتھے نہیں بھی ہوتا میں ایتھے بیٹھا ہوا، جہاں بھی کسی بندے کا کوئی معاملہ ہے میں ان کا حل کراں ٹھیک ہے، اسی کبوتر باز بھرا ہاں، اسی کوئی لڑائی نہیں کرنے، اسی تا پیار محبت کا شوق ایک شوق ہی ہے نا ٹھیک ہے، شوق جی سارے بھرا ہیں، سارے قابل احترام نے جن بھی استاد نے بھرا نے سارے سارے، باقی پھر بھی کسی بندے کو اس بندے تو معاملہ ہے ان کا میں کلیئر کراں زندہ باد. ایک دفعہ میرے معاملہ لائیو کرنا، میں اپنے سارے شوقین بھراوا نے ایک پیغام دینا چاہتا وا کہ میرا کام ہے کبوتر پاکستان دو عرب کنٹری وچ کسی بھی جگہ تے دبئی شارجہ کویت بحرین عراق تک میں کبوتر بھیج رہا ہاں، اس تو بعد عمان تو کبوتر میں پاکستان لے کے بھی آ رہا ہاں، کسی بھی بھرا نے کبوتر عمان تو لے کے پاکستان تو بھیجنے ہون کسی بھی کنٹری ہو میرے نال رابطہ کر سکتا وے انشاءاللہ جلد، تاکہ میں پچھلی ویڈیو تراب حیدر صاحب دی ویڈیو وچ بھی میں کہیا سی کہ انشاءاللہ میں مہینے ڈیڑھ تک بندوبست کر کے دبئی تو بھی پاکستان کبوتر لینے شروع کرن لگا وا، تو میں اپنا نمبر بول لوا تو سارے بھائی بے شک میرا نمبر نوٹ کر لین، واٹس ایپ دے وہ میں باہر ہوا یا پاکستان ہوا میرا نمبر آلریڈی چلتا رہے گا 00968991931001، یہ میرا واٹس ایپ نمبر ہے، کسی بھی بھرا نے کبوتر پاکستان تو فی الحال عرب وچ بھیجنے ہونے رابطہ کر سکتا ہے، تو عمان تو منگانے ہونے رابطہ کر سکتا، دبئی کا جدو میں لانچ کراں گا وہ بھی میں انشاءاللہ پوسٹ لوا دیاں گا، تو پھر اس نمبر تے میرے نال رابطہ کر سکدے ہیں. دوستو یہ سی جناب علی بٹ صاحب اپنا اظہار خیال کر رہے تھے، اور امید ہے سارے دوستوں نو کوئی گل سمجھ آ رہی ہوئے گی، کوشش تو بڑی کی ہے جڑا دونوں پارٹیز کا جڑا خلا ہے انہوں دور کر دیے، تو ان شاء اللہ تعالیٰ دوبارہ آن لائن ہوا گے، اور دوبارہ ان شاء اللہ تعالیٰ جڑی اس معاملے دے وچ اگر کوئی ایسی گل ہوئی جڑی دوستاں نوں مزید ڈسکس کرنا لیے ضرور کراں گا. بہت شکریہ، اللہ حافظ.